ਹੋਰ ਕਿ ਤੁਸੀਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਾਰੇ ਦੇਸ਼ ਦੇ ਵਿਚ ਤੇ ਵਿਸ਼ੇਸ਼ ਤੌਰ ਪੰਜਾਬ ਦੇ ਵਿਚ ਕਾਂਗਰਸ ਦੇ ਜਿੰਨੇ ਕੈਂਡੀਡੇਟਸ ਨੇ ਪਾਰਲੀਮੈਂਟ ਹਲਕੇ ਦੇ ਉਨ੍ਹਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ। ਗੁਰਦਾਸਪੁਰ ਦੇ ਵਿਚ ਵੀ ਤੁਸੀਂ ਸਾਡੇ ਕੈਂਡੀਡੇਟ ਸਰ ਸੁਖਜਿੰਦਰ ਸਿੰਘ ਰੰਧਾਵਾ ਦੀ ਮਦਦ ਕਰਨ ਦਾ ਫੈਸਲਾ ਕੀਤਾ। ਮੈਨੂੰ ਇਹ ਭਰੋਸਾ ਹੈ ਕਿ ਜੇ ਇੰਡੀਆ ਬਲਾਕ ਦੀ ਮੈਜੋਰਿਟੀ ਆਈ ਤੇ ਕਾਂਗਰਸ ਦੀ ਗਵਰਨਮੈਂਟ ਬਣੀ, ਸਾਰਿਆਂ ਨਾਲੋਂ ਪਹਿਲੇ ਬ੍ਰਿਗੇਡੀਅਰ ਸਾਹਿਬ ਦਾ ਤਾਂ ਯਾਦ ਕਰਾਉਣਾ ਚਾਹਾਂਗਾ। ਤਕਰੀਬਨ ਅੱਜ ਤੋਂ 11 ਸਾਲ ਪਹਿਲਾਂ ਜਦੋਂ ਤੁਹਾਡਾ ਦਾਸ ਪੰਜਾਬ ਦਾ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੀ, ਉਦੋਂ ਇੱਕ ਬਹੁਤ ਵੱਡੀ ਮੀਟਿੰਗ ਚੰਡੀਗੜ੍ਹ ਕਲੱਬ ਚ ਕਰਾਈ ਗਈ ਸੀ, ਜਿਹਦੇ ਵਿਚ ਤਕਰੀਬਨ 1000 ਆਰਮੀ ਦੇ ਜਵਾਨ ਤੋਂ ਲੈ ਕੇ ਜਰਨੈਲਾਂ ਤੱਕ ਉਥੇ ਸਨ, ਜਿਹਦੇ ਵਿਚ ਰਾਹੁਲ ਗਾਂਧੀ ਜੀ ਸਪੈਸ਼ਲੀ ਦਾਸ ਦੇ ਸੱਦੇ ਤੇ ਆਏ ਸੀ। ਉਥੇ ਤੁਸੀਂ ਵਨ ਰੈਂਕ ਵਨ ਪੈਨਸ਼ਨ ਦਾ ਮੁੱਦਾ ਉਠਾਇਆ ਸੀ ਤੇ ਰਾਹੁਲ ਜੀ ਨੇ ਤੁਹਾਨੂੰ ਯਕੀਨ ਦਵਾਇਆ ਸੀ ਕਿ ਮੈਂ ਇਹਦੇ ਵਿਚ ਤੁਹਾਡੀ ਮਦਦ ਕਰਾਂਗਾ। ਇਹ ਗੱਲ ਠੀਕ ਹੈ ਕਿ ਉਹ UPA ਗਵਰਨਮੈਂਟ ਦਾ ਅਖੀਰਲਾ ਸਾਲ ਸੀ, ਬਟ ਮੈਂ ਥੈਂਕਫੁਲ ਹਾਂ ਰਾਹੁਲ ਗਾਂਧੀ ਜੀ ਦਾ ਕਿ ਇੱਕ ਰਾਤ ਲੇਟ ਕੋ 12:30 ਵਜੇ ਮੈਂ ਅੰਮ੍ਰਿਤਸਰ ਸੀ, ਮੈਨੂੰ ਕਾਲ ਆਈ ਉਹਨਾਂ ਦੇ PS ਦੀ ਕਿ ਰਾਹੁਲ ਜੀ ਤੁਹਾਡੇ ਨਾਲ ਗੱਲ ਕਰਨਾ ਚਾਹਣਗੇ। ਉਹਨਾਂ ਨਾਲ ਮੈਂ ਗੱਲ ਕੀਤੀ, ਉਹ ਦਿੱਲੀ ਦੇ ਏਅਰਪੋਰਟ ਉੱਤੇ ਸਨ। ਬਹੁਤ ਹੀ ਉਹਨਾਂ ਨੇ ਖੁਸ਼ੀ ਨਾਲ ਮੈਨੂੰ ਇਹ ਗੱਲ ਕਹੀ ਕਿ ਬਾਜਵਾ ਸਾਹਿਬ ਜਿਹੜਾ ਵਾਅਦਾ ਮੈਂ ਹਿੰਦੁਸਤਾਨ ਦੇ ਸੈਨਿਕ ਵੀਰਾਂ ਨਾਲ ਕੀਤਾ ਸੀ ਤੇ ਜਿਹਦੀ ਮੰਗ ਤੁਸੀਂ ਚੰਡੀਗੜ੍ਹ ਤੋਂ ਰਾਈ ਸੀ ਅਸੀਂ ਉਹ ਪੂਰਾ ਕਰ ਰਹੇ ਹਾਂ। ਮੈਂ ਫਾਈਨੈਂਸ ਮਿਨਿਸਟਰ ਚਿਦੰਬਰਮ ਨੂੰ ਇਸ ਗੱਲ ਤੇ ਉਹਨਾਂ ਦੀ ਯੈਸ ਕਰਵਾ ਲਈ ਏ ਕਿ ਜਿਹੜਾ ਇੰਟਰਿਮ ਬਜਟ, ਕਿਉਂਕਿ ਉਦੋਂ ਤੁਹਾਨੂੰ ਪਤਾ ਹੈ ਇਲੈਕਸ਼ਨ ਜਿਹੜੀਆਂ ਨੇ ਜਿਸ ਪੀਰੀਅਡ ਚਲਦੀਆਂ ਨੇ ਉਹਦੇ ਵਿਚ ਰੈਗੂਲਰ ਬਜਟ ਪੇਸ਼ ਨਹੀਂ ਹੁੰਦਾ, ਇੰਟਰਿਮ ਬਜਟ ਪੇਸ਼ ਹੁੰਦਾ। ਗਵਰਨਮੈਂਟ ਬਣਨ ਤੋਂ ਬਾਅਦ ਰੈਗੂਲਰ ਬਜਟ ਆਉਂਦਾ। ਇੰਟਰਿਮ ਬਜਟ ਦੇ ਵਿਚ ਉਹਨਾਂ 500 ਕਰੋੜ ਰੁਪਏ ਇੱਕ ਸਪੈਸ਼ਲ ਪ੍ਰੋਵੀਜ਼ਨ ਕਰ ਲਿਆ ਸੀ ਕਿ ਵਨ ਰੈਂਕ ਵਨ ਪੈਨਸ਼ਨ ਅਸੀਂ ਤੁਹਾਨੂੰ ਦਿੰਦੇ ਹਾਂ, ਪ੍ਰਾਇਮਰੀਲੀ ਤੌਰ ਤੇ ਉਸ ਪਾਲਿਸੀ ਨੇ ਅਗਰੀ ਕਰ ਲਿਆ ਸੀ। ਇਹ ਗੱਲ ਕਹੀ ਸੀ ਕਿ ਜਿੰਨੀ ਵੀ ਹੋਰ ਪੈਸਿਆਂ ਦੀ 5,000, 7,000, 10,000 ਕਰੋੜ ਦੀ ਜਿਹੜਾ ਬੈਕਲੌਗ ਹੈ ਅਸੀਂ ਪੂਰਾ ਕਰਾਂਗੇ। ਇਹ ਉਹ ਫੈਸਲਾ ਉਸ ਟਾਈਮ ਕਾਂਗਰਸ ਸਰਕਾਰ ਦਾ ਰਾਹੁਲ ਗਾਂਧੀ ਜੀ ਦਾ ਇਹ ਕਰਵਾਇਆ ਫੈਸਲਾ ਸੀ। ਇਹ ਗੱਲ ਵੱਖਰੀ ਹੈ ਕਿ ਉਸ ਤੋਂ ਬਾਅਦ ਆ ਕੇ ਮੋਦੀ ਸਾਹਿਬ ਨੇ ਉਹਨੂੰ ਹੋਰ ਹੀ ਉਹ ਟਰਨ ਦੇਣ ਦੀ ਕੋਸ਼ਿਸ਼ ਕੀਤੀ। ਅੱਜ ਸ਼ੁਰੂ ਤੋਂ ਹੀ ਇੰਡੀਅਨ ਨੈਸ਼ਨਲ ਕਾਂਗਰਸ ਜੈ ਜਵਾਨ ਤੇ ਜੈ ਕਿਸਾਨ ਦੇ ਜਿਹੜਾ ਨਾਰਾ ਉਹਦੇ ਨਾਲ ਬੁਲੰਦੀ ਨਾਲ ਖੜੀ ਹੈ। ਮੈਂ ਤੁਹਾਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਚਾਹੁੰਦਾ ਬਾਕੀ ਮੁੱਦਿਆਂ ਦੇ ਨਾਲ ਜਿਹੜਾ ਇਸ ਟਾਈਮ ਸਾਰਿਆਂ ਨੂੰ ਰੀਸੈਂਟ ਮੁੱਦਾ ਆਇਆ ਉਹ ਹੈ ਅਗਨੀਵੀਰ, ਜਿਹੜੀ ਰੈਗੂਲਰ ਇੰਡੀਅਨ ਆਰਮੀ ਦੀ ਭਰਤੀ ਬੰਦ ਕਰਕੇ ਜਿਹੜਾ ਰੈਜੀਮੈਂਟੇਸ਼ਨ ਸਿਸਟਮ ਸੀ ਉਹਨੂੰ ਖਤਮ ਕਰਕੇ ਇੱਕ 18 ਸਾਲ ਜਿਹੜਾ ਜਵਾਨ ਨੌਕਰੀ ਕਰਦਾ ਸੀ ਉਸ ਤੋਂ ਬਾਅਦ ਉਹਨੂੰ ਪੈਨਸ਼ਨ ਮਿਲਦੀ ਸੀ, ਉਹਨੂੰ ਤੁਸੀਂ ਕੰਪਲੀਟ ਜਿਹੜੀ ਉਹਨਾਂ ਦੀ ਮੈਡੀਕਲ ਫੈਸਿਲਿਟੀ ਸੀ ਉਹ ਪ੍ਰੋਵਾਈਡ ਕਰਦੇ ਸੀ, ਹੁਣ 3 ਸਾਲ ਦੀ ਟ੍ਰੇਨਿੰਗ, 1 ਸਾਲ ਤੋਂ ਬਾਅਦ ਰਿਟਾਇਰਮੈਂਟ, ਨਾ ਕੋਈ ਪੈਨਸ਼ਨ ਨਾ ਉਹਨੂੰ ਕੋਈ ਮੈਡੀਕਲ ਬੈਨੀਫਿਟ। ਜਿਸ ਆਦਮੀ ਨੂੰ ਪੈਨਸ਼ਨ ਨਹੀਂ ਮਿਲਣੀ, ਜਿਹਨੂੰ ਬੈਨੀਫਿਟ ਮੈਡੀਕਲ ਦਾ ਨਹੀਂ ਮਿਲਣਾ, ਦੇਸ਼ ਵਾਸਤੇ ਕੌਣ ਗੋਲੀ ਖਾਏਗਾ? ਮੈਂ ਸਮਝਦਾ ਕਿ ਇੱਕ ਬਹੁਤ ਹੀ ਇਹ ਖਤਰਨਾਕ ਤੇ ਦੇਸ਼ ਦੇ ਖਿਲਾਫ ਇਹ ਫੈਸਲਾ ਹੈ। ਖੁਦਾ ਨਾ ਖਾਸਤਾ ਕਿਸੇ ਟਾਈਮ ਕਿਸੇ ਵੱਡੇ ਦੇਸ਼ ਦੇ ਨਾਲ ਹਿੰਦੁਸਤਾਨ ਨੂੰ ਦੋ ਦੋ ਹੱਥ ਸਾਹਮਣੇ ਕਰਨੇ ਪੈ ਗਏ ਤੇ ਇੱਕ ਇਹੋ ਜਿਹਾ ਇੱਕ ਗਵਰਨਮੈਂਟ ਦਾ ਮੈਂ ਸਮਝਣਾ ਡਿਜ਼ਾਸਟਰਸ ਫੈਸਲਾ ਮੋਦੀ ਦਾ, ਜਿਹੜਾ ਲੌਂਗ ਟਰਮ ਦੇ ਵਿਚ ਬਹੁਤ ਮਹਿੰਗਾ ਦੇਸ਼ ਨੂੰ ਪੈ ਸਕਦਾ। ਇਸ ਨੂੰ ਅਸੀਂ
ਤੁਹਾਨੂੰ ਯਕੀਨ ਦਵਾਉਣਾ ਚਾਹੁੰਦੇ ਪ੍ਰਮਾਤਮਾ ਨੇ ਮਿਹਰ ਕੀਤੀ ਮੈਜੋਰਟੀ ਆਈ ਤੇ ਪਹਿਲਾ ਜਿਹੜਾ ਸਾਡਾ ਫੈਸਲਾ ਉਹਦੇ ਵਿਚ ਅਗਨੀਵੀਰ ਸਕੀਮ ਸਕ੍ਰੈਪ ਕਰ ਸਕ੍ਰੈਪ ਕਰਕੇ ਰੈਗੂਲਰ ਇੰਡੀਅਨ ਆਰਮੀ ਦੀ ਜਿਸ ਤਰ੍ਹਾਂ ਪਹਿਲੇ ਭਰਤੀ ਹੁੰਦੀ ਉਸ ਤਰ੍ਹਾਂ ਹੀ ਅੰਗਰੇਜ਼ਾਂ ਦੇ ਵਕਤ ਤੋਂ ਜਿਹੜਾ ਰੈਜੀਮੈਂਟੇਸ਼ਨ ਸਿਸਟਮ ਇੰਨੀਆਂ ਮਸ਼ਹੂਰ ਸਾਡੀਆਂ ਸਰਾਗੜੀ ਦੀਆਂ ਜੰਗਾਂ ਹੋਈਆਂ ਨੇ ਜਿਹੜੀਆਂ ਯੂਨੈਸਕੋ ਦੇ ਰਿਕਾਰਡਸ ਦੇ ਵਿਚ ਗਈਆਂ ਨੇ ਉਹਨਾਂ ਨੇ ਕੁਰਬਾਨੀਆਂ ਕਿਉਂ ਕੀਤੀਆਂ ਆਪਣੀ ਰੈਜੀਮੈਂਟ ਦੇ ਝੰਡੇ ਵਾਸਤੇ ਤੇ ਜਿਹੜਾ ਇਕੱਠਿਆਂ ਕਾਮਰੇਡਸ਼ਿਪ ਇੱਕ ਨਮਕ ਇੱਕ ਦੂਜੇ ਨਾਲ ਰੋਟੀ ਤੇ ਨਮਕ ਦਾ ਜਿਹੜਾ ਰਿਸ਼ਤਾ ਸੀ ਉਹਦੇ ਵਾਸਤੇ 22 ਦੇ 22 ਜਿਹੜੇ ਸਿੱਖ ਰੈਜੀਮੈਂਟ ਦੇ ਜਵਾਨ ਸੀ ਉਹ ਅਖੀਰਲੇ ਬੰਦੇ ਤੱਕ ਸ਼ਹਾਦਤ ਦੇ ਗਏ ਕਿਉਂਕਿ ਉਹਨਾਂ ਵਿਚ ਇਹ ਕਾਮਰੇਡਸ਼ਿਪ ਸੀ 4 ਸਾਲ ਜਿੱਥੇ 3 ਸਾਲ ਟ੍ਰੇਨਿੰਗ ਚ ਗੁਜ਼ਰਨੇ 4 ਸਾਲ ਤੋਂ ਰਿਟਾਇਰ ਹੋ ਜਾਣਾ ਜਿਹਨੂੰ ਬੈਨੀਫਿਟ ਕੋਈ ਨਹੀਂ ਦੇਣਾ ਨਾ ਉਹ ਦੇਸ਼ ਵਾਸਤੇ ਲੜੇਗਾ ਨਾ ਰੈਜੀਮੈਂਟ ਵਾਸਤੇ ਲੜੇਗਾ ਨਾ ਭਾਈਚਾਰਕ ਸਬੰਧ ਪਿੱਛੇ ਲੜੇਗਾ ਇਹਦਾ ਵੱਡਾ ਨੁਕਸਾਨ ਮੈਂ ਸਮਝਣਾ ਇੰਡੀਅਨ ਆਰਮੀ ਨੂੰ ਹੋਏਗਾ ਮੈਂ ਹੁਣ ਰੀਸੈਂਟਲੀ ਵੇਖਿਆ 2014 ਤੋਂ ਬਾਅਦ ਰੇਅਰੈਸਟ ਆਫ ਰੇਅਰ ਕਿ ਕੋਈ ਸਾਡਾ ਪੰਜਾਬ ਦਾ ਲੜਕਾ ਭਰਤੀ ਹੋ ਰਿਹਾ ਹੁਣ ਇੱਥੇ ਹੀ ਤੁਹਾਡੇ ਨਾਲ ਇੱਕ ਅਫਸਰ ਸਾਹਿਬ ਸਰ ਕੈਪਟਨ ਸਾਹਿਬ ਸਰ ਉਹਨਾਂ ਨੇ ਆਪਣਾ ਲੜਕੇ ਨੂੰ ਮੈਂ ਪੁੱਛਿਆ ਕਿ ਕੀ ਤੂੰ ਇੰਡੀਅਨ ਆਰਮੀ ਚ ਗਿਆ ਉਹਨੇ ਕਿਹਾ ਜੀ ਮੈਂ 100% ਇੰਡੀਅਨ ਆਰਮੀ ਚ ਭਰਤੀ ਹੁੰਦਾ ਜੇ ਅਗਨੀਵੀਰ ਦੀ ਸਕੀਮ ਨਾ ਹੋਵੇ ਸੋ ਇਹਦੇ ਉੱਤੇ ਵੀ ਇੱਕ ਅੱਧੇ ਦਿਨ ਦੇ ਵਿਚ ਇੰਡੀਅਨ ਆਰਮੀ ਦੇ ਬਹੁਤ ਹੀ ਸੀਨੀਅਰ ਮੋਸਟ ਡੈਕੋਰੇਟਿਡ ਆਫਿਸਰ ਜਿਹੜੇ ਨੇ ਮੇਰਾ ਘਰ ਆਪਣਾ ਪੱਖ ਇਹਨਾਂ ਦਿਨਾਂ ਵਿਚ ਰੱਖਣਗੇ ਤੇ ਸਾਰੇ ਦੇਸ਼ ਦੇ ਸਾਹਮਣੇ ਉਹ ਪੱਖ ਆਏਗਾ ਇਹ ਮੈਂ ਤੁਹਾਨੂੰ ਫੇਰ ਦਵਾਉਣਾ ਚਾਹੁੰਦਾ ਤੁਹਾਡੇ ਹਰ ਸਾਰੇ ਭਾਵੇਂ ਇੰਡੀਅਨ ਆਰਮਡ ਫੋਰਸਿਸ ਨੇ ਭਾਵੇਂ ਆਰਮੀ ਹੈ ਭਾਵੇਂ ਏਅਰ ਫੋਰਸ ਹੈ ਭਾਵੇਂ ਨੇਵੀ ਹੈ ਜਾਂ ਸਾਡੀਆਂ ਪੈਰਾਮਿਲਟਰੀ ਫੋਰਸ ਪੈਰਾਮਿਲਟਰੀ ਫੋਰਸਿਸ ਚ ਵੀ ਮੈਂ ਸਮਝਦਾ ਕਿ 1 rank 1 pension ਵਾਲਾ ਜਿਹੜਾ ਉਹਨਾਂ ਦਾ ਮੁੱਦਾ ਹੈ ਅਸੀਂ ਉਹਦੇ ਵਿਚ ਤੁਹਾਡੇ ਤੋਂ ਬਾਅਦ ਹੁਣ ਉਹਨਾਂ ਦੀ ਵੀ ਸਪੋਰਟ ਵੀ ਕਰਾਂਗੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਮੋਦੀ ਦੀ ਸਰਕਾਰ ਦਾ ਹੱਥ ਨਿਰਾ ਮੀਰ ਨਾਲ ਮੋਦੀ ਦੀ ਸਰਕਾਰ ਦਾ ਹੱਥ ਨਾ ਜਵਾਨ ਨਾਲ ਨਾ ਕਿਸਾਨ ਦੇ ਨਾਲ ਇਹੀ ਦੋ ਸਹੀ ਮੈਨੇਜਰ ਕਿਸੇ ਮਜ਼ਬੂਤ ਦੇਸ਼ ਦੀਆਂ ਜਿਹੜੀਆਂ ਫਾਊਂਡੇਸ਼ਨ ਹੁੰਦੀਆਂ ਉਹ ਜਾਂ ਜਵਾਨ ਲਈ ਕਰਦੇ ਨੇ ਜਾਂ ਕਿਸਾਨ ਲਈ ਕਰਦੇ ਨੇ ਅਨਫੋਰਚੁਨੇਟਲੀ ਇੱਥੇ ਨਾ ਜਵਾਨ ਦੀ ਕਦਰ ਪਈ ਹੈ ਨਾ ਕਿਸਾਨ ਦੀ ਕਦਰ ਪਈ ਹੈ ਜਿਸ ਦੇ ਨਾਲ ਮੋਦੀ ਉਹਨਾਂ ਦੀ ਤਬਦੀਲੀ ਦੇਸ਼ ਵਾਸਤੇ ਬਹੁਤ ਲਾਜ਼ਮੀ ਹੈ ਤੇ ਮੇਰੀ ਅਪੀਲ ਹੋਏਗੀ ਕਿ ਅਜੇ 2-3 ਦਿਨ ਇਲੈਕਸ਼ਨ ਚ ਰਹਿ ਗਏ ਨੇ 1 June ਤੋਂ ਪਹਿਲੇ ਸਾਰੇ ਲਾਮਬੰਦ ਹੋਏ ਸਾਰੇ ਤਗੜੇ ਹੋ ਕੇ ਆਪਣਾ ਮੈਸੇਜ ਪਹੁੰਚਾਈਏ ਕਿ ਮੋਦੀ ਸਾਹਿਬ ਹਟਣਗੇ ਤੇ ਸਾਡੀ ਸਾਰਿਆਂ ਦੀ ਗੱਲ ਪੂਰੀ ਹੋਏਗੀ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਾਸਪਿਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।